ਜੇਕਰ ਅੱਜ ਦੇ ਸਮੇਂ ਕੋਈ ਤੁਹਾਨੂੰ ਕਵੇ ਕਿ ਤੁਸੀਂ ਖਾਣਾ ਪੀਣਾ ਛੱਡ ਦੇਵੋ ਜਾਂ ਫਿਰ ਪੈਸਿਆਂ ਨੂੰ ਤਿਆਗ ਦੇਵੋ, ਆਪਣੇ ਘਰ ਪਰਿਵਾਰ ਨੂੰ ਪਿੱਛੇ ਛੱਡ ਕੇ ਕਿਸੇ ਗੁਫਾ ਦੇ ਵਿੱਚ ਰਹਿਣ ਚਲੇ ਜਾਓ, ਕੀ ਤੁਸੀਂ ਇਸ ਤਰ੍ਹਾਂ ਕਰ ਲਓਗੇ? ਆਪਣੇ ਵਿੱਚ ਜ਼ਿਆਦਾਤਰ ਲੋਕਾਂ ਦਾ ਜਵਾਬ ਹੋਵੇਗਾ ਬਿਲਕੁਲ ਨਹੀਂ, ਪਰ ਕੁਝ ਲੋਕਾਂ ਦੇ ਲਈ ਇਸ ਤਰ੍ਹਾਂ ਕਰਨਾ ਆਮ ਗੱਲ ਹੈ। ਇਹ ਦੁਨੀਆਂ ਦੇ ਵਿੱਚ ਕਈ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਜਾਂ ਇਸ ਤੋਂ ਵੀ ਜ਼ਿਆਦਾ ਹੈਰਾਨ ਕਰਨ ਵਾਲਾ ਜੀਵਨ ਅਪਣਾਇਆ ਹੈ। ਕਈਆਂ ਨੇ ਇਹ ਚੀਜ਼ ਮਜਬੂਰੀ ਦੇ ਵਿੱਚ ਕੀਤੀ ਹੈ ਤੇ ਕਈਆਂ ਨੇ ਆਪਣੇ ਪੂਰੇ ਹੋਸ਼ੋ ਹਵਾਸ ਦੇ ਵਿੱਚ ਇਹ ਕਦਮ ਚੁੱਕੇ ਨੇ। ਜੇਕਰ ਇਸ ਤਰ੍ਹਾਂ ਕਰਨ ਦੇ ਨਾਲ ਕਿਸੇ ਨੂੰ ਨੁਕਸਾਨ ਨਹੀਂ ਪਹੁੰਚ ਰਿਹਾ ਤਾਂ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਆਪਣੇ ਹਿਸਾਬ ਦੇ ਨਾਲ ਜਿਉਣ ਦਾ ਪੂਰਾ ਹੱਕ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਅਜਿਹੀ ਕੁਝ ਲੋਕਾਂ ਬਾਰੇ ਦੱਸਾਂਗੇ ਜਿਨ੍ਹਾਂ ਦੀ ਜ਼ਿੰਦਗੀ ਹੈਰਾਨ ਕਰਨ ਵਾਲੀ ਹੈ। ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ। ਜੇਕਰ ਕੋਈ ਤੁਹਾਡੇ ਤੋਂ ਪੁੱਛੇ ਕਿ ਤੁਸੀਂ ਸਵੇਰ ਜਾਂ ਦੁਪਹਿਰੇ ਜਾਂ ਰਾਤ ਨੂੰ ਕੀ ਖਾਧਾ ਹੈ ਤਾਂ ਜ਼ਿਆਦਾਤਰ ਲੋਕ ਦੱਸ ਦੇਣਗੇ ਕਿ ਮੈਂ ਇਹ ਚੀਜ਼ ਖਾਧੀ ਹੈ। ਪਰ ਜਿਹੜਾ ਇਹ ਪ੍ਰਹਲਾਦ ਨਾਮ ਦਾ ਇਨਸਾਨ ਹੈ, ਇਸ ਤੋਂ ਕੋਈ ਨਹੀਂ ਪੁੱਛ ਸਕਦਾ ਕਿ ਇਸ ਨੇ ਸਵੇਰ ਸ਼ਾਮ ਜਾਂ ਦੁਪਹਿਰੇ ਜਾਂ ਕੱਲ੍ਹ ਕੀ ਚੀਜ਼ ਖਾਧੀ ਸੀ, ਕਿਉਂਕਿ ਇਹ ਪ੍ਰਹਲਾਦ ਨਾਮ ਦੇ ਇਨਸਾਨ ਨੇ ਪਿਛਲੇ 70 ਸਾਲਾਂ ਦੇ ਵਿੱਚ ਖਾਣੇ ਦੀ ਇੱਕ ਬੁਰਕੀ ਵੀ ਆਪਣੇ ਮੂੰਹ ਦੇ ਵਿੱਚ ਨਹੀਂ ਰੱਖੀ ਤੇ ਇਹ ਇਨਸਾਨ ਬਿਨਾਂ ਕੁਛ ਖਾਧੇ ਪੀਤੇ ਪਿਛਲੇ 70 ਸਾਲਾਂ ਤੋਂ ਆਪਣੀ ਜ਼ਿੰਦਗੀ ਜਿਉਂ ਰਿਹਾ ਹੈ ਤੇ ਆਪਣੇ ਰੋਜ਼ਮਰ੍ਹਾ ਦੇ ਕੰਮ ਕਰ ਰਿਹਾ ਹੈ। ਪਤਾ ਨਹੀਂ ਇਸ ਇਨਸਾਨ ਦੇ ਵਿੱਚ ਇੰਨੀ એનર્ਜੀ ਕਿੱਥੋਂ ਆਉਂਦੀ ਹੈ। ਇਸ ਨੂੰ ਹਸਪੀਟਲ ਦੇ ਵਿੱਚ ਰੱਖ ਕੇ ਇਸ ਦੇ ਉੱਪਰ ਕਈ ਸਾਰੀਆਂ ਟੀਮਾਂ ਨੇ ਰਿਸਰਚ ਵੀ ਕੀਤੀ, ਪਰ ਉਹਨਾਂ ਦੇ ਪੱਲੇ ਵੀ ਕੁਝ ਨਹੀਂ ਪਿਆ ਤੇ ਇਹ ਇਨਸਾਨ ਪਿਛਲੇ 70 ਸਾਲਾਂ ਦੇ ਵਿੱਚ ਇੱਕ ਵਾਰ ਵੀ ਵਾਸ਼ਰੂਮ ਨਹੀਂ ਗਿਆ। ਜ਼ਾਹਰ ਜੀ ਗੱਲ ਹੈ ਕਿ ਜੇਕਰ ਕੋਈ ਇਨਸਾਨ ਖਾਂਦਾ ਪੀਂਦਾ ਹੀ ਨਹੀਂ ਤਾਂ ਉਹ ਵਾਸ਼ਰੂਮ ਕਿੱਦਾਂ ਜਾਵੇਗਾ? ਜੇਕਰ ਤੁਸੀਂ ਵੀ ਸੋਚਦੇ ਹੋ ਕਿ ਗੋਰਾ ਹੋਣਾ ਖੂਬਸੂਰਤੀ ਦੀ ਨਿਸ਼ਾਨੀ ਹੈ ਤਾਂ ਤੁਸੀਂ ਮਿਲੋ ਮਾਰਟੀਨਾ ਅਤੇ ਮਾਈਕਲ ਨੂੰ। ਇਹ ਤੁਹਾਡੀਆਂ ਗੱਲਾਂ ਦੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੋਣਗੇ। ਜਰਮਨ ਦਾ ਇਹ ਜੋੜਾ ਪਦੇਸ਼ੀ ਗੋਰਾ ਹੈ, ਪਰ ਇਹਨਾਂ ਨੂੰ ਲੱਗਦਾ ਹੈ ਕਿ ਜਿਹੜੀ ਇਹਨਾਂ ਦੀ ਆਤਮਾ ਹੈ ਉਹ ਅਫਰੀਕਨ ਹੈ। ਇਸ ਕਰਕੇ ਜਰਮਨ ਦੇ ਇਹ ਜੋੜੇ ਨੇ ਆਪਣੀ ਸਕਿਨ ਦਾ ਸਾਰਾ ਰੰਗ ਬਦਲ ਲਿਆ ਹੈ। ਆਪਣੇ ਸਰੀਰ ਦਾ ਰੰਗ ਬਦਲਣ ਦੇ ਲਈ ਇਹਨਾਂ ਨੇ ਮੈਲਾਟੋਨਿਕ ਦੇ ਇੰਜੈਕਸ਼ਨ ਲਗਵਾਏ ਨੇ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਜਿਹੜੇ ਇਹਨਾਂ ਦੇ ਬੱਚੇ ਪੈਦਾ ਹੋਣਗੇ ਉਹ ਵੀ ਕਾਲੇ ਹੋਣਗੇ। ਇਹ ਚੀਜ਼ ਨੂੰ ਲੈ ਕੇ ਦੋਨੇ ਬਹੁਤ ਜ਼ਿਆਦਾ ਖੁਸ਼ ਹਨ। ਮਾਰਟੀਨਾ ਨੇ ਤਾਂ ਕੀਨੀਆ ਦੀ ਇੱਕ ਚਰਚ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਬੈਪਟਾਈਜ਼ ਵੀ ਕਰਵਾ ਲਿਆ ਹੈ। ਇਹ ਆਪਣੇ ਆਪ ਨੂੰ ਇੱਕ ਅਫਰੀਕਨ ਹੀ ਮੰਨਦੀ ਹੈ ਤੇ ਇਹ ਜੋੜਾ ਆਪਣੇ ਆਪ ਨੂੰ ਅਫਰੀਕਨ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ। ਕੁਝ ਲੋਕ ਆਪਣੀ ਮਰਜ਼ੀ ਦੇ ਨਾਲ ਆਪਣਾ ਲਾਈਫ ਸਟਾਈਲ ਬਦਲਦੇ ਨੇ, ਪਰ ਕੁਝ ਲੋਕਾਂ ਦੇ ਕੋਲ ਇਹ ਆਪਸ਼ਨ ਨਹੀਂ ਹੁੰਦੀ। ਨਾਈਜੀਰੀਆ ਦੀ ਰਹਿਮਾ ਵੀ ਅਜਿਹੇ ਲੋਕਾਂ ਦੇ ਵਿੱਚੋਂ ਇੱਕ ਹੈ। ਜਦੋਂ ਇਹ ਸਿਰਫ 6 ਮਹੀਨਿਆਂ ਦੀ ਸੀ ਤਾਂ ਇਸ ਦੀ ਬਾਡੀ ਨੇ ਗਰੋ ਕਰਨਾ ਬੰਦ ਕਰ ਦਿੱਤਾ ਸੀ। ਹੌਲੀ ਹੌਲੀ ਇਸ ਦੇ ਪੈਰਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਤੇ ਇਸ ਨੂੰ ਪੂਰੇ ਦਾ ਪੂਰਾ ਟਾਈਮ ਇੱਕ ਬਰਤਨ ਦੇ ਵਿੱਚ ਹੀ ਰਹਿਣਾ ਪੈਂਦਾ ਸੀ। ਜੇਕਰ ਇਸ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਸੀ ਤਾਂ ਵੀ ਇਸ ਦੇ ਵਿੱਚ ਹੀ ਇਸ ਨੂੰ ਲਿਜਾਇਆ ਜਾਂਦਾ ਸੀ। ਅਜਿਹਾ ਜੀਵਨ ਜਿਉਣਾ ਕੋਈ ਵੀ ਇਨਸਾਨ ਨਹੀਂ ਚਾਹੁੰਦਾ, ਪਰ ਫਿਰ ਵੀ ਰਹਿਮਾ ਆਪਣੀ ਜ਼ਿੰਦਗੀ ਬਹੁਤ ਜ਼ਿਆਦਾ ਖੁਸ਼ੀ ਦੇ ਨਾਲ ਜਿਉਂਦੀ ਰਹੀ ਤੇ 19 ਸਾਲ ਦੀ ਉਮਰ ਦੇ ਵਿੱਚ ਇਸ ਦੀ ਮੌਤ ਹੋ ਜਾਂਦੀ ਹੈ। ਇਹ ਬਹੁਤ ਜ਼ਿਆਦਾ ਦੁੱਖ ਭਰੀ ਕਹਾਣੀ ਹੈ, ਪਰ ਸੱਚ ਕੌੜਾ ਵੀ ਹੁੰਦਾ ਹੈ। ਇਸ ਲਈ ਸ਼ੁਕਰ ਮਨਾਇਆ ਕਰੋ ਜੇਕਰ ਪਰਮਾਤਮਾ ਨੇ ਤੁਹਾਡੇ ਹੱਥ ਪੈਰ ਸਹੀ ਸਲਾਮਤ ਰੱਖੇ ਨੇ। ਆਪਾਂ ਆਮ ਹੀ ਕਈ ਲੋਕਾਂ ਨੂੰ ਇਹ ਚੀਜ਼ ਕਹਿੰਦੇ ਸੁਣਿਆ ਹੈ ਕਿ ਇਹ ਸਭ ਮੋਹ ਮਾਇਆ ਹੈ, ਪਰ ਇਹ ਚੀਜ਼ ਨੂੰ ਮੰਨਦਾ ਕੋਈ ਨਹੀਂ। ਬਾਕੀਆਂ ਦਾ ਤਾਂ ਪਤਾ ਨਹੀਂ, ਪਰ ਡੈਨੀਅਲ ਸਵਾਲਾ ਨੇ ਇਹ ਚੀਜ਼ ਨੂੰ 20 ਸਾਲ ਪਹਿਲਾਂ ਮੰਨ ਲਿਆ ਸੀ। ਉਸ ਸਮੇਂ ਇਹਨਾਂ ਦੇ ਕੋਲ ਸਿਰਫ 2200 ਰੁਪਏ ਸਨ ਤੇ ਪੂਰੀ ਜ਼ਿੰਦਗੀ ਦੀ ਇਹਨਾਂ ਦੀ ਇਹੀ ਜਮ੍ਹਾਂ ਪੂੰਜੀ ਸੀ। ਉਹਨਾਂ ਨੇ 2200 ਦਾ 2200 ਰੁਪਈਆ ਇੱਕ ਟੈਲੀਫੋਨ ਬੂਥ ਦੇ ਵਿੱਚ ਛੱਡ ਦਿੱਤਾ ਤੇ ਹਮੇਸ਼ਾ ਦੇ ਲਈ ਪੈਸਿਆਂ ਦਾ ਤਿਆਗ ਕਰ ਦਿੱਤਾ। ਤੇ ਅਜਿਹਾ ਕੰਮ ਕਰਨ ਦੇ ਲਈ ਇੱਕ ਬਹੁਤ ਜ਼ਿਆਦਾ ਅਲੱਗ ਤਰ੍ਹਾਂ ਦੇ ਮਾਈਂਡਸੈਟ ਦੀ ਜ਼ਰੂਰਤ ਹੁੰਦੀ ਹੈ। ਨਹੀਂ ਤਾਂ ਆਪਾਂ ਅਜਿਹੇ ਬਹੁਤ ਸਾਰੇ ਕੇਸ ਦੇਖਦੇ ਹਾਂ ਜਿਨ੍ਹਾਂ ਦੇ ਵਿੱਚ ਜਦੋਂ ਕਿਸੇ ਇਨਸਾਨ ਦੀ ਸਾਰੀ ਦੀ ਸਾਰੀ ਜ਼ਿੰਦਗੀ ਦੀ ਸੇਵਿੰਗ ਡੁੱਬ ਜਾਂਦੀ ਹੈ ਤਾਂ ਉਹ ਇਨਸਾਨ ਦੀ ਹਾਰਟ ਅਟੈਕ ਦੇ ਨਾਲ ਮੌਤ ਹੀ ਹੋ ਜਾਂਦੀ ਹੈ। ਪਰ ਡੈਨੀਅਲ ਦਾ ਕਹਿਣਾ ਹੈ ਕਿ ਪੈਸੇ ਨੂੰ ਤਿਆਗ ਕੇ ਉਹਨਾਂ ਨੂੰ ਇੱਕ ਅਲੱਗ ਹੀ ਤਰ੍ਹਾਂ ਦੀ ਸ਼ਾਂਤੀ ਮਿਲੀ ਹੈ। ਉਹ ਨਾ ਤਾਂ ਹੁਣ ਕੋਈ ਟੈਕਸ ਦਿੰਦੇ ਨੇ ਤੇ ਨਾ ਹੀ ਗੌਰਮੈਂਟ ਤੋਂ ਕੋਈ ਮਦਦ ਲੈਂਦੇ ਨੇ। ਉਹ ਯੂਟਾ ਦੀਆਂ ਗੁਫਾਵਾਂ ਦੇ ਵਿੱਚ ਰਹਿੰਦੇ ਨੇ ਤੇ ਉੱਥੇ ਜਿਹੜਾ ਕੁਝ ਮਿਲ ਜਾਂਦਾ ਹੈ ਉਸ ਨੂੰ ਖਾ ਲੈਂਦੇ ਨੇ। ਇਹਨਾਂ ਦਾ ਕਹਿਣਾ ਹੈ ਕਿ ਰੱਬ ਨੇ ਤਾਂ ਇਸ ਤਰ੍ਹਾਂ ਦੀ ਹੀ ਜ਼ਿੰਦਗੀ ਬਣਾਈ ਸੀ, ਪਰ ਇਨਸਾਨ ਨੇ ਉਸ ਨੂੰ ਬਹੁਤ ਜ਼ਿਆਦਾ ਬਦਲ ਦਿੱਤਾ ਹੈ।
ਇਹ ਨੇ ਜੀ ਮਹੰਤ ਅਮਰ ਭਾਰਤੀ ਜੀ 1973 ਦੇ ਵਿੱਚ ਇਹਨਾਂ ਨੇ ਕੁਝ ਅਜਿਹਾ ਕੀਤਾ ਜਿਸ ਦੇ ਨਾਲ ਦੁਨੀਆ ਅੱਜ ਵੀ ਹੈਰਾਨ ਹੈ। ਇਹ ਉਸ ਸਮੇਂ ਇੱਕ ਕਲਰਕ ਦੀ ਨੌਕਰੀ ਕਰਦੇ ਸਨ ਪਰ ਇਹਨਾਂ ਦਾ ਦੁਨੀਆਦਾਰੀ ਤੋਂ ਮਨ ਉੱਠ ਗਿਆ ਸੀ। ਇਹਨਾਂ ਨੇ 1973 ਦੇ ਵਿੱਚ ਪੈਸੇ, ਪਤਨੀ ਅਤੇ ਘਰ ਦਾ ਤਿਆਗ ਕਰਕੇ ਸੰਨਿਆਸ ਲੈ ਲਿਆ। ਇਹਨਾਂ ਨੇ ਤਪੱਸਿਆ ਕਰਨ ਦਾ ਇੱਕ ਨਵਾਂ ਹੀ ਤਰੀਕਾ ਚੁਣਿਆ। ਇਹ ਆਪਣਾ ਇੱਕ ਹੱਥ ਹਮੇਸ਼ਾ ਹਵਾ ਦੇ ਵਿੱਚ ਰੱਖਦੇ ਨੇ। ਸੌਂਦੇ, ਜਾਗਦੇ, ਉੱਠਦੇ, ਬਹਿੰਦੇ ਇਹਨਾਂ ਦਾ ਇੱਕ ਹੱਥ ਹਮੇਸ਼ਾ ਹਵਾ ਦੇ ਵਿੱਚ ਹੀ ਉੱਠਿਆ ਹੁੰਦਾ ਹੈ ਤੇ ਇਹ ਅਜਿਹਾ ਕਰ ਰਹੇ ਨੇ ਜੀ ਪਿਛਲੇ 47 ਸਾਲਾਂ ਤੋਂ। ਇਹ ਦੁਨੀਆ ਦੇ ਵਿੱਚ ਕਈ ਸਾਰੇ ਅਜਿਹੇ ਅਜੀਬੋ ਗਰੀਬ ਲੋਕ ਨੇ ਜਿਨ੍ਹਾਂ ਨੂੰ ਦੇਖ ਕੇ ਜਾਂ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ, ਪਰ ਜਦੋਂ ਤੱਕ ਇਹ ਕਿਸੇ ਦੇ ਨਾਲ ਗਲਤ ਨਹੀਂ ਕਰਦੇ ਤਾਂ ਉਹਨਾਂ ਦਾ ਸਾਨੂੰ ਕੋਈ ਨੁਕਸਾਨ ਨਹੀਂ ਹੈ, ਕਿਉਂਕਿ ਇਹਨਾਂ ਦਾ ਵੀ ਜ਼ਿੰਦਗੀ ਜਿਉਣ ਦਾ ਆਪਣਾ ਅਧਿਕਾਰ ਹੈ। ਤੁਸੀਂ ਉਹ ਕਵਿਤਾ ਤਾਂ ਜ਼ਰੂਰ ਸੁਣੀ ਹੋਵੇਗੀ ਕਿ ਮੱਛਲੀ ਜਲ ਦੀ ਰਾਣੀ ਹੈ ਤੇ ਜੀਵਨ ਇਸ ਦਾ ਪਾਣੀ ਹੈ। ਪਦਰੂਨੀ ਗੋਸ਼ ਨਾਮ ਦੀ ਇਸ ਔਰਤ ਦੀ ਜ਼ਿੰਦਗੀ ਵੀ ਕੁਝ ਇਸ ਤਰ੍ਹਾਂ ਦੀ ਹੀ ਹੈ। ਇਹ ਔਰਤ ਨੂੰ ਇੱਕ ਅਲੱਗ ਤਰ੍ਹਾਂ ਦੀ ਬਿਮਾਰੀ ਹੈ। ਜਦੋਂ ਵੀ ਇਹ ਪਾਣੀ ਤੋਂ ਬਾਹਰ ਆਉਂਦੀ ਹੈ ਤਾਂ ਇਸ ਦਾ ਪੂਰਾ ਸਰੀਰ ਜਲਣ ਲੱਗ ਜਾਂਦਾ ਹੈ, ਜਿਵੇਂ ਕਿਸੇ ਨੇ ਇਸ ਦੇ ਸਰੀਰ ਨੂੰ ਅੱਗ ਲਗਾ ਦਿੱਤੀ ਹੋਵੇ। ਇਹ ਇੱਕ ਅਲੱਗ ਤਰ੍ਹਾਂ ਦੀ ਬਿਮਾਰੀ ਹੈ ਜਿਹੜੀ ਕਿ ਲੱਖਾਂ ਲੋਕਾਂ ਦੇ ਵਿੱਚੋਂ ਸਿਰਫ ਇੱਕ ਨੂੰ ਹੀ ਹੁੰਦੀ ਹੈ। ਪਦਰੂਨੀ ਨਾਮ ਦੀ ਇਹ ਔਰਤ ਦੇ ਕੋਲ ਜ਼ਿੰਦਗੀ ਜਿਉਣ ਦਾ ਸਿਰਫ ਇੱਕੋ ਇੱਕ ਹੱਲ ਹੈ ਕਿ ਉਹ ਜਿਹੜਾ ਉਸਦੇ ਘਰ ਦੇ ਸਾਹਮਣੇ ਤਲਾਅ ਹੈ ਪੂਰਾ ਦਿਨ ਉਸ ਦੇ ਵਿੱਚ ਗੁਜ਼ਾਰੇ ਤੇ ਪਿਛਲੇ ਲਗਾਤਾਰ 20 ਸਾਲਾਂ ਤੋਂ ਹਰ ਰੋਜ਼ ਉਸ ਤਲਾਬ ਦੇ ਵਿੱਚ ਜਿਵੇਂ ਹੀ ਦਿਨ ਚੜ੍ਹਦਾ ਹੈ ਚਲੀ ਜਾਂਦੀ ਹੈ। ਬਚਪਨ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਮਾਤਾ ਪਿਤਾ ਸਾਡਾ ਖਿਆਲ ਰੱਖਦੇ ਨੇ, ਅਸੀਂ ਆਪਣੀ ਮਰਜ਼ੀ ਦਾ ਖਾਂਦੇ ਪੀਂਦੇ ਹਾਂ ਤੇ ਸੌਂਦੇ ਹਾਂ, ਨਾ ਹੀ ਕੋਈ ਬਚਪਨ ਦੇ ਵਿੱਚ ਚਿੰਤਾ ਹੁੰਦੀ ਹੈ ਤੇ ਨਾ ਹੀ ਕੋਈ ਫਿਕਰ ਹੁੰਦਾ ਹੈ। ਪਰ ਜੇਕਰ ਬਚਪਨ ਦੇ ਵਿੱਚ ਹੀ ਤੁਹਾਡੇ ਨਾਲ ਕੋਈ ਚਾਈਲਡ ਅਬਿਊਸ ਵਰਗੀ ਚੀਜ਼ ਹੋ ਜਾਂਦੀ ਹੈ ਤਾਂ ਇਹ ਤੁਹਾਡਾ ਪੂਰਾ ਜੀਵਨ ਬਦਲ ਦਿੰਦੀ ਹੈ। ਪਰ ਇਸਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਆਪਣਾ ਬਚਪਨ ਨੂੰ ਦੁਬਾਰਾ ਨਹੀਂ ਜਿਉਂ ਸਕਦੇ। ਇਹ ਅਜਿਹਾ ਹੀ ਕੁਝ ਕੀਤਾ ਹੈ ਪੌਲ ਨੇ, ਜਿਹੜੇ ਕਿ 20 ਸਾਲ ਦੇ ਨੇ। ਇਹ ਆਪਣੇ ਬਚਪਨ ਨੂੰ ਖੁੱਲ੍ਹ ਕੇ ਜਿਉਂਦੇ ਨੇ। ਵੈਸੇ ਤਾਂ ਪੂਰੇ ਦਿਨ ਭਰ ਇਹ ਇੱਕ ਆਮ ਇਨਸਾਨ ਬਣ ਕੇ ਰਹਿੰਦੇ ਨੇ, ਪਰ ਇਹ ਘਰੇ ਆ ਕੇ 2 ਸਾਲ ਦੀ ਇੱਕ ਬੱਚੀ ਬਣ ਜਾਂਦੇ ਨੇ ਤੇ ਬੱਚਿਆਂ ਵਾਂਗੂ ਹੀ ਕਾਰਟੂਨ ਦੇਖਦੇ ਨੇ। ਇਹ ਲੋਕਾਂ ਦੇ ਨਾਲ ਖੇਡਦੇ ਨੇ ਤੇ ਕਲਰ ਕਰਦੇ ਨੇ ਤੇ ਇਹ ਆਪਣੇ ਇੱਕ ਝੂਲੇ ਦੇ ਵਿੱਚ ਸੌਂਦੇ ਨੇ, ਇੱਥੋਂ ਤੱਕ ਕਿ ਰਾਤ ਨੂੰ ਡਾਇਪਰ ਵੀ ਲਗਾਉਂਦੇ ਨੇ। ਸਾਡੀ ਲਿਸਟ ਦੇ ਵਿੱਚ ਦੁਨੀਆ ਦੇ ਜਿਹੜੇ ਸਭ ਤੋਂ ਜ਼ਿਆਦਾ ਅਜੀਬ ਇਨਸਾਨ ਨੇ ਉਹਨਾਂ ਦੇ ਵਿੱਚ ਨੰਬਰ ਪਹਿਲੇ 'ਤੇ ਆਉਂਦੇ ਨੇ ਇਰਾਨ ਦੇ ਹੋਮੋ ਹਾਜੀ। ਇਹਨਾਂ ਦੀ ਖਾਸੀਅਤ ਇਹ ਹੈ ਕਿ ਇਹ ਪਿਛਲੇ 70 ਸਾਲਾਂ ਤੋਂ ਕਦੇ ਵੀ ਨਹੀਂ ਨਹਾਏ। ਇਹਨਾਂ ਨੂੰ ਸਾਬਣ ਅਤੇ ਪਾਣੀ ਤੋਂ ਐਲਰਜੀ ਹੈ। ਜਿਹੜੀ ਚੀਜ਼ ਸਾਡੇ ਲਈ ਸਾਫ਼ ਹੈ ਉਹ ਇਹਨਾਂ ਦੇ ਲਈ ਗੰਦੀ ਹੈ। ਇਹਨਾਂ ਨੂੰ ਗੰਦਗੀ ਹੀ ਸਫਾਈ ਲੱਗਦੀ ਹੈ, ਇਸ ਲਈ ਆਪਣੀ ਜ਼ਿੰਦਗੀ ਬਹੁਤ ਜ਼ਿਆਦਾ ਆਰਾਮ ਦੇ ਨਾਲ ਜੀ ਲੈਂਦੇ ਨੇ। ਜਿਹੜੀ ਚੀਜ਼ ਸਾਡੇ ਲਈ ਗੰਦ ਹੈ ਉਹ ਚੀਜ਼ ਇਹਨਾਂ ਦੇ ਲਈ ਇੱਕ ਆਮ ਚੀਜ਼ ਹੈ। ਇੱਕ ਆਮ ਇਨਸਾਨ 2-3 ਦਿਨ ਨਾ ਨਹਾਏ ਤਾਂ ਉਸਦੀ ਹਾਲਤ ਬੁਰੀ ਹੋ ਜਾਂਦੀ ਹੈ, ਪਰ ਇਹ ਪਿਛਲੇ 70 ਸਾਲਾਂ ਤੋਂ ਨਹੀਂ ਨਹਾਏ। ਇਹ ਸਨ ਜੀ ਦੁਨੀਆ ਦੇ ਕੁਝ ਅਜੀਬੋ ਗਰੀਬ ਢੰਗ ਦੇ ਨਾਲ ਜ਼ਿੰਦਗੀ ਜਿਉਣ ਵਾਲੇ ਲੋਕ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ ਯੂਟਿਊਬ ਦੇ ਚੈਨਲ ਜੋ ਟੀਵੀ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।